ਆਮ ਆਦਮੀ ਪਾਰਟੀ ਨੇ ਕੁਰੂਕਸ਼ੇਤਰ ਦੇ ਵਿੱਚ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ। ਕੇਜਰੀਵਾਲ ਬੋਲੇ, ਬਦਲਾਂਗੇ ਕੁਰੂਕਸ਼ੇਤਰ, ਬਦਲਾਂਗੇ ਹਰਿਆਣਾ, ਇਸ ਵਾਰ ਇੰਡੀਆ ਨੂੰ ਜਿਤਾਉਣਾ। ਪੀਐਮ ਨਹੀਂ ਐਮਪੀ ਚੁਣਦੇ ਲਈ ਕਰੋ ਵੋਟ। ਹਰਿਆਣਾ ਦੇ ਵਿੱਚ ਬੀਜੇਪੀ ਨੂੰ ਵੱਡਾ ਝਟਕਾ। ਹਿਸਾਰ ਤੋਂ ਮੌਜੂਦਾ ਸਾਂਸਦ ਬ੍ਰਿਜਿੰਦਰ ਸਿੰਘ ਨੇ ਛੱਡੀ ਪਾਰਟੀ। ਖੜਗੇ ਦੀ ਮੌਜੂਦਗੀ 'ਚ ਕਾਂਗਰਸ ਦੇ ਵਿੱਚ ਹੋਏ ਸ਼ਾਮਿਲ। ਦਿੱਗਜ ਲੀਡਰ ਚੌਧਰੀ ਬਰਿੰਦਰ ਸਿੰਘ ਦੇ ਬੇਟੇ ਨੇ ਬ੍ਰਿਜਿੰਦਰ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਆਇਆ ਹਾਰਟ ਅਟੈਕ। ਬਠਿੰਡਾ ਦੇ ਹਸਪਤਾਲ ਦੇ ਵਿੱਚ ਭਰਤੀ, ਹਾਲਤ ਸਥਿਰ। ਸੁਖਬੀਰ ਬਾਦਲ ਹਾਲ ਜਾਣਨ ਦਿੱਲੀ ਪਹੁੰਚੇ। ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਬਣਨ ਤੋਂ ਕਰ ਦਿੱਤਾ ਸੀ ਇਨਕਾਰ। ਸੁਖਬੀਰ ਸਿੰਘ ਬਾਦਲ ਬੋਲੇ, ਦੇਵੀ ਲਾਲ ਲੈ ਕੇ ਆਏ ਸਨ ਆਫਰ, ਪਰ ਮੇਰੇ ਪਿਤਾ ਨਹੀਂ ਛੱਡਣਾ ਚਾਹੁੰਦੇ ਸਨ ਪੰਜਾਬ। ਬਰਸੀ ਸਮਾਗਮ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਸਰਦਾਰ ਬਾਦਲ ਦੀ ਤਾਰੀਫ। ਬੋਲੇ, ਬੇਮਿਸਾਲ ਸੀ ਬਾਦਲ ਸਾਹਿਬ ਦੀ ਹਲੀਮੀ, ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਸਨ ਲੀਡਰ। ਕਾਲੇ ਦੌਰ ਤੋਂ ਉੱਭਰਨ ਦੇ ਲਈ ਮਲਮ ਸੀ ਅਕਾਲੀ ਦਲ ਬੀਜੇਪੀ ਗੱਠਜੋੜ। ਸੁਖਦੇਵ ਸਿੰਘ ਢੀਂਡਸਾ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸ਼ਖਸੀਅਤ ਨੂੰ ਕੀਤਾ ਯਾਦ। ਬੋਲੇ, ਗੁਣਾਂ ਦੀ ਖਾਣ ਸਨ ਬਾਦਲ ਸਾਹਿਬ। ਸੁਖਬੀਰ ਬਾਦਲ ਦੇ ਵਿੱਚ ਹੋਇਆ ਕਾਫੀ ਬਦਲਾਅ। ਪੰਜਾਬ ਭਰ ਦੇ ਵਿੱਚ ਮੁੜ ਬਹਾਲ ਹੋਏ ਰੇਲਵੇ ਟਰੈਕ। ਕਿਸਾਨਾਂ ਨੇ 4 ਘੰਟੇ ਦੀ ਰੁਕੀਆਂ ਟ੍ਰੇਨਾਂ, ਆਵਾਜਾਈ ਪ੍ਰਭਾਵਿਤ ਹੋਣ ਕਰਕੇ ਮੁਸਾਫਰ ਹੋਏ ਖੱਜਲ ਖੁਆਰ। ਜਲੰਧਰ ਦੇ ਆਦਮਪੁਰ ਏਅਰਪੋਰਟ ਦੇ ਟਰਮੀਨਲ ਦਾ ਉਦਘਾਟਨ। ਪੀਐਮ ਮੋਦੀ ਨੇ ਆਦਮਪੁਰ ਸਣੇ 15 ਨਵੇਂ ਟਰਮੀਨਲਾਂ ਦੀ ਵਰਚੁਅਲੀ ਕੀਤੀ ਸ਼ੁਰੂਆਤ। ਆਦਮਪੁਰ ਦੇ 4 ਸਾਲ ਬਾਅਦ ਮੁੜ ਉਡਾਣਾਂ ਦੀ ਸ਼ੁਰੂਆਤ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਹਿਸਾਰ ਦੀ ਲਵਾਸ ਯੂਨੀਵਰਸਿਟੀ ਦੇ ਵਿੱਚ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਡਾਕਟਰ ਨੇ 8 ਸਾਲ ਦੀ ਬੇਟੀ ਦਾ ਕਤਲ ਕਰ ਦਿੱਤਾ। ਆਫਿਸ ਦੇ ਅੰਦਰ ਹੀ ਸਰਜੀਕਲ ਬਲੇਡ ਦੇ ਨਾਲ ਗਲਾ ਵੱਢਿਆ। ਡਾਕਟਰ ਸੰਦੀਪ ਗੋਇਲ ਨੇ ਦਰਅਸਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਬੇਟੀ ਦੇ ਕਤਲ ਦੇ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ। ਮਾਨਸਿਕ ਤੌਰ 'ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ ਡਾਕਟਰ। ਇਹ ਵੱਡੀ ਖਬਰ ਹੈ ਹਰਿਆਣਾ ਦੇ ਹਿਸਾਰ ਦੇ ਨਾਲ ਜੁੜੀ ਹੋਈ, ਜਿੱਥੇ ਦੇ ਕਿ ਲਵਾਸ ਯੂਨੀਵਰਸਿਟੀ, ਦਰਅਸਲ ਇਹ ਵੈਟਨਰੀ ਯੂਨੀਵਰਸਿਟੀ ਹੈ ਜਿੱਥੇ ਕਿ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਡਾਕਟਰ ਦੇ ਵੱਲੋਂ। ਡਾਕਟਰ ਨੇ 8 ਸਾਲ ਦੀ ਬੇਟੀ ਦਾ ਬੇਰਹਿਮੀ ਦੇ ਨਾਲ ਪਹਿਲਾਂ ਕਤਲ ਕੀਤਾ, ਆਫਿਸ ਦੇ ਅੰਦਰ ਹੀ ਸਰਜੀਕਲ ਬਲੇਡ ਦੇ ਨਾਲ ਗਲਾ ਵੱਢ ਦਿੱਤਾ ਅਤੇ ਡਾਕਟਰ ਸੰਦੀਪ ਗੋਇਲ ਨੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤੁਹਾਨੂੰ ਇਹ ਪੂਰੇ ਪਰਿਵਾਰ ਦੀ ਫਾਈਲ ਤਸਵੀਰੀ ਵਿਖਾ ਰਹੇ, ਜਿਸ ਦੇ ਵਿੱਚ ਕਿ 8 ਸਾਲ ਦੀ ਉਹ ਬੇਟੀ ਵੀ ਨਜ਼ਰ ਆਈ ਹੈ, ਜਿਸਦਾ ਕਿ ਡਾਕਟਰ ਦੇ ਵੱਲੋਂ, ਪਿਤਾ ਦੇ ਵੱਲੋਂ ਹੀ ਕਤਲ ਕੀਤਾ ਗਿਆ। ਆਫਿਸ ਦੇ ਅੰਦਰ ਹੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਰਜੀਕਲ ਬਲੇਡ ਦੇ ਨਾਲ ਪਹਿਲਾਂ ਗਲਾ ਵੱਢਿਆ ਅਤੇ ਬੇਟੀ ਦੇ ਕਤਲ ਦੇ ਬਾਅਦ ਖੁਦ ਨੇ ਵੀ ਖੁਦਕੁਸ਼ੀ ਕਰ ਲਈ। ਦਰਅਸਲ ਇਹ ਮੁਲਜ਼ਮ ਦਾ ਨਾਮ ਡਾਕਟਰ ਸੰਦੀਪ ਗੋਇਲ ਦੱਸਿਆ ਜਾ ਰਿਹਾ, ਜਿਸਦੇ ਵੱਲੋਂ ਆਪਣੀ ਹੀ 8 ਸਾਲ ਦੀ ਬੇਟੀ ਦਾ ਕਤਲ ਕੀਤਾ ਗਿਆ। ਤੁਹਾਨੂੰ ਫਾਈਲ ਤਸਵੀਰ ਵਿਖਾ ਰਿਹਾ, ਪੂਰੇ ਪਰਿਵਾਰ, ਡਾਕਟਰ, ਉਹਨਾਂ ਦੀ ਪਤਨੀ, ਉਹਨਾਂ ਦੀ ਬੇਟੀ ਨਜ਼ਰ ਆ ਰਹੀ ਹੈ। ਇਹੀ 8 ਸਾਲ ਦੀ ਬੇਟੀ, ਜਿਸਦਾ ਕਿ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਡਾਕਟਰ ਮਾਨਸਿਕ ਤੌਰ 'ਤੇ ਪਰੇਸ਼ਾਨ ਦੱਸਿਆ ਜਾ ਰਿਹਾ। 8 ਸਾਲ ਦੀ ਬੇਟੀ, ਜਿਸਦਾ ਕਿ ਨਾਮ ਸੁਨਾਇਆ ਦੱਸਿਆ ਜਾ ਰਿਹਾ, ਜਿਸਦਾ ਕਿ ਬੇਰਹਿਮੀ ਦੇ ਨਾਲ ਪਿਤਾ ਦੇ ਵੱਲੋਂ ਹੀ, ਡਾਕਟਰ ਦੇ ਵੱਲੋਂ ਕਤਲ ਕੀਤਾ ਗਿਆ। ਤੁਹਾਨੂੰ ਉਸ ਜਗ੍ਹਾ ਦੀਆਂ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ। ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ, ਮੁਲਾਜ਼ਮ ਨਜ਼ਰ ਆ ਰਹੇ ਨੇ ਅਤੇ ਜਿਸ ਜਗ੍ਹਾ 'ਤੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਹ ਤਸਵੀਰਾਂ ਵੀ ਅਸੀਂ ਨਹੀਂ ਵਿਖਾ ਸਕਦੇ ਕਿਉਂਕਿ ਬੇਹੱਦ ਇੰਨੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਉੱਥੇ ਜਿਸ ਤਰ੍ਹਾਂ ਦਾ ਮੰਜ਼ਰ ਹੈ, ਉਹ ਤਸਵੀਰਾਂ ਦੇ ਜ਼ਰੀਏ ਵੀ ਨਹੀਂ ਵਿਖਾਇਆ ਜਾ ਸਕਦਾ ਜਿਸ ਤਰੀਕੇ ਦੇ ਨਾਲ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਕੀ ਉਮਰ 35 ਸਾਲ ਕੀ ਕਰੀਬ ਹੈ ਔਰ ਇੱਕ ਬੱਚੀ ਕੀ ਡੈਡ ਬੋਡੀ ਹੈ ਜੋ ਕਿ 10 ਸਾਲ 8 ਸਾਲ ਕੀ ਉਮਰ ਹੈ।
जो डेड बॉडी जब पता किया गया तो डॉक्टर संदीप गोयल, वो जो यूनिवर्सिटी के एम्प्लॉयज भी हैं और यहाँ पे ही रहते हैं यूनिवर्सिटी में। इनका एड्रेस 11/11/35 ओल्ड कैंपस एच ई। इसके बाद हमने साइट को कोडोन ऑफ कर दिया है और साइंटिफिक इन्वेस्टिगेशन के तहत मोबाइल फॉरेंसिक साइंस यूनिट को बुलाया गया और सीन ऑफ क्राइम अभी अपना कार्रवाई कर दिया। साथ साथ में हम सभी से पूछताछ कर रहे हैं, आसपास के लोगों से और जो उनके परिवार वाले हैं उनसे भी पूछताछ कर रहे हैं। कहा जा रहा है कि जब अंदर गए तो कहीं बेटी का गला काटा हुआ, पेट काटा हुआ, आतड़ियां मारे, कैसा है सच में? हाँ, इसमें जो हमने देखा है तो उसमें वैसे फॉरेंसिक साइंस यूनिट देख भी रही है तो इसमें जो कट्स हैं, एक जो सर्जिकल ब्लेड जो बड़ा ब्लेड होता है उसके कट हैं और दोनों के दोनों जो कट के कारण जो डेथ हुई है दोनों के अंदर इस तरह की। तो अभी क्या लगता है, ये सुसाइड है या कोई मर्डर कुछ ऐसा? इसके अंदर हमने आसपास के सभी से बात की है तो इनके जो कलीग्स हैं उनके कहने अनुसार इनका साइकोथेरेपिस्ट के पास में ट्रीटमेंट चल रहा था। उस ट्रीटमेंट की मतलब डिप्रेशन के बारे में बताया जा रहा है जो कि अभी कंक्लूसिवली पैसेज ऑफ टाइम जब हम सभी से पूछताछ करेंगे, जो उनके जो कंसल्टिंग डॉक्टर हैं उनसे भी बात करेंगे तो उसे हमें एग्जैक्ट मेडिकल कंडीशन का पता लग जाएगा। लेकिन सभी कह रहे हैं कि उनको डिप्रेशन थी और उसके कई सारे उन्होंने तो हिसार की लुवास यूनिवर्सिटी के खौफनाक वारदात को अंजाम दिता गया। तो हिसार के लुवास नाम की जी वैटनरी यूनिवर्सिटी है, डॉक्टर ने इतने 8 साल की बेटी का कतल किया है, ऑफिस के अंदर ही सर्जिकल ब्लेड के नाल गला तक वढ़ दिता गया। इस मुलजम डॉक्टर का नाम डॉक्टर संदीप गोयल दसया जा रहा है, जो पुलिस के वालों जानकारी दी गई है कि मानसिक तौर पर परेशान दसया जा रहा है। डॉक्टर जसदा के इलाज में आ रहा है। इस खबर से होर ज़्यादा जानकारी लिए साडे सहयोगी संदीप सैनी जुड़ चुके हैं। संदीप, एक पिता के वलों, एक डॉक्टर के वलों अपनी 8 साल की बेटी का बेरहमी के नाल कतल कर दिता जाता है, खुद भी आत्महत्या कर लेगी, हुण तक वजह की कोई साफ हुई है? जो दस्या जा रहा है कि मानसिक तौर पर परेशान सीगा, आखिरकार कदों तो यह परेशान से, इस लैके की कोई जानकारी? जो पुलिस ने जो आसपास के लोग थे, उनके परिवार के लोग थे, उनसे बातचीत हुई है, उसके बाद कहा है कि मानसिक रूप से परेशान था, इसी के चलते इसने पहले बच्ची की हत्या की और उसके बाद खुद भी गला काट लिया और दोनों की मौत हो चुकी है। रजिस्ट्रार ऑफिस में ये था खुद में और ब्लेड से इसने काट के पहले बच्ची की हत्या की और बच्ची जो है करीबन 9 साल की बताई जा रही है और ये जो था इसकी उम्र करीबन 35 साल थी और ये जींद जिले के रहने वाले थे और यही लुवास यूनिवर्सिटी है, यहीं प्रोफेसर था। संदीप, होर की कोई जानकारी कि जो यूनिवर्सिटी है जो उत्थे क्वार्टर बने होंगे ने फैकल्टी वास्ते स्टाफ के, उत्थे ये डॉक्टर अपने परिवार के नाल रह रहा सीगा? जी, कैंपस में ही रह रहा था और आज जो ये बच्ची घुमाने के नाम पर अपनी ऑफिस में लेट आया क्योंकि आज संडे था, कोई भी नहीं था ऑफिस में और ऑफिस में फिर इसने बच्ची का गला रेता और उसके बाद खुद भी अपना गला रेत लिया और इन दोनों की बॉडी को जब वहां चौकीदार था उसने देखा तो पुलिस को सूचना दी गई और पुलिस ने मौके पर आकर अपने शवों को कब्जे में ले लिया है और इनके परिजनों से जब पुलिस ने बातचीत की और उसके बाद पुलिस ने मीडिया को बताया कि मानसिक रूप से ठीक नहीं था, परेशान था, वजह क्या है इनका, किस वजह से मानसिक रूप से परेशान था, पुलिस इस चीज की जांच कर रही है। ठीक है संदीप, पूरी जानकारी लिए बहुत बहुत धन्यवाद। दरअसल हिसार से जुड़ी है वड्डी खबर, जिथे के एक वैटनरी यूनिवर्सिटी के खौफनाक वारदात को अंजाम दिता गया डॉक्टर संदीप गोयल के, जिसके वालों अपनी 8 साल की बेटी का पहला कतल किया गया तो उसके बाद खुद ने भी खुदकुशी कर ली।
ਅਗਲੀ ਖਬਰ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਧਮਕੀ ਮਿਲਣ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ। ਸੰਤੋਖ ਗਿੱਲ ਦੇ ਇਲਜ਼ਾਮਾਂ ਤੇ ਬਾਬਾ ਬਕਾਲਾ ਪੁਲਿਸ ਦਾ ਸਪਸ਼ਟੀਕਰਨ ਸਾਹਮਣੇ ਆਇਆ। ਸੰਤੋਖ ਗਿੱਲ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਦਰਅਸਲ ਇਲਜ਼ਾਮ ਲਗਾਏ ਸੀ। ਸੰਤੋਖ ਗਿੱਲ ਦੇ ਖਿਲਾਫ ਦਰਜ ਨੇ 7 ਤੋਂ 8 ਅਪਰਾਧਿਕ ਕੇਸ। DSP ਦਾ ਜੋ ਕਿ ਬਿਆਨ ਸਾਹਮਣੇ ਆਇਆ, ਸੰਤੋਖ ਗਿੱਲ ਦੇ ਵੱਲੋਂ ਕੀਤੀ ਗਈ ਸੁਰੱਖਿਆ ਦੀ ਦੁਰਵਰਤੋਂ। DSP ਦੇ ਵੱਲੋਂ ਸਫਾਈ ਦਿੱਤੀ ਗਈ ਹੈ ਕਿ ਸੰਤੋਖ ਗਿੱਲ ਦੇ ਵੱਲੋਂ ਸੁਰੱਖਿਆ ਦੀ ਦੁਰਵਰਤੋਂ ਕੀਤੀ ਗਈ। ਇੱਕ ਸੰਸਥਾ ਦੇ ਚੇਅਰਮੈਨ ਹੋਣ ਦੇ ਨਾਤੇ ਇਹ ਸੁਰੱਖਿਆ ਦਿੱਤੀ ਹੈ। ਧਮਕੀ ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਕਾਰਵਾਈ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਇਲਜ਼ਾਮ ਲਗਾਏ ਸਨ ਕਿ ਪਾਕਿਸਤਾਨ ਦੇ ਨੰਬਰ ਤੋਂ ਉਹਨਾਂ ਨੂੰ ਧਮਕੀ ਭਰਿਆ ਫੋਨ ਆਇਆ। ਫੋਨ ਕਰਨ ਵਾਲੇ ਨੇ 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਅਤੇ ਪੈਸੇ ਨਾ ਦੇਣ 'ਤੇ ਸ਼ਹਿਨਾਜ਼ ਗਿੱਲ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਸੰਤੋਖ ਸਿੰਘ ਗਿੱਲ ਨੇ ਪੁਲਿਸ 'ਤੇ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਸਨ। ਅੱਜ ਮੈਂ ਇੱਕ ਵਾਇਰਲ ਆਡੀਓ ਵੇਖੀ ਜੋ ਕਿ ਸਰਦਾਰ ਸੰਤੋਖ ਸਿੰਘ ਗਿੱਲ ਵੱਲੋਂ ਪਾਈ ਗਈ ਹੈ। ਇਸ ਆਡੀਓ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਖਤਰਾ ਹੈ, ਉਹਨਾਂ ਨੂੰ ਥ੍ਰੈਟ ਕਾਲ ਆਈ ਹੈ ਅਤੇ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਹੈ। ਸਰਦਾਰ ਸੰਤੋਖ ਸਿੰਘ ਗਿੱਲ ਦੇ ਖਿਲਾਫ 7-8 ਕ੍ਰਿਮੀਨਲ ਮੁਕੱਦਮੇ ਦਰਜ ਹਨ, ਪਰੰਤੂ ਫਿਰ ਵੀ ਇਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕੀਤੀ ਗਈ ਹੈ, ਕਿਉਂਕਿ ਇਹ ਕਿਸੇ ਸੰਸਥਾ ਦੇ ਚੇਅਰਮੈਨ ਹਨ ਅਤੇ ਇਹਨਾਂ ਨੂੰ ਸੁਰੱਖਿਆ ਮਿਲੀ ਹੋਈ ਹੈ। ਪਰੰਤੂ ਚੈਕਿੰਗ ਦੌਰਾਨ ਇਹਨਾਂ ਵੱਲੋਂ ਆਪਣੀ ਸੁਰੱਖਿਆ ਦੀ ਦੁਰਵਰਤੋਂ ਕੀਤੀ ਗਈ, ਜਿਸ ਨੂੰ ਅਜਿਹੀ ਦੁਰਵਰਤੋਂ ਕਰਨ ਤੋਂ ਵਰਜਿਆ ਗਿਆ, ਜਿਸ ਕਾਰਨ ਇਹਨਾਂ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਇਹਨਾਂ ਦੀ ਕੰਪਲੇਂਟ ਦੀ ਅਸੀਂ ਤਸਦੀਕ ਕਰ ਰਹੇ ਹਾਂ, ਜੋ ਅਜੇ ਵਿਚਾਰਧੀਨ ਹੈ, ਔਰ ਜਲਦੀ ਹੀ ਤਸਦੀਕ ਹੋ ਜਾਵੇਗੀ। ਤਸਦੀਕ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਦਿੱਤੀ ਜਾਵੇਗੀ। ਉਧਰ ਚੰਡੀਗੜ੍ਹ ਦੇ ਵਿੱਚ ਕਤਲ ਮਾਮਲੇ 'ਚ ਦੋਸਤ ਗ੍ਰਿਫਤਾਰ ਕੀਤਾ ਗਿਆ। ਸੈਕਟਰ 51 ਦੇ ਵਿੱਚ ਇੱਕ ਸੁਸਾਇਟੀ ਦੇ ਪਿੱਛੇ ਤੋਂ ਲਾਸ਼ ਮਿਲੀ ਸੀ। ਝਾੜੀਆਂ ਦੇ ਵਿੱਚੋਂ 22 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਮ੍ਰਿਤਕ ਦਾ ਦੋਸਤ ਹੀ ਮੁਲਜ਼ਮ ਨਿਕਲਿਆ। ਪੁਲਿਸ ਨੇ ਮੁਲਜ਼ਮ ਦੋਸਤ ਨੂੰ ਗ੍ਰਿਫਤਾਰ ਕਰ ਲਿਆ। ਦੋਸਤ ਨੂੰ ਨਸ਼ਾ ਕਰਵਾ ਕੇ ਇਹ ਮੁਲਜ਼ਮ ਲਿਆਇਆ ਸੀਗਾ। ਬਦਲਾ ਲੈਣ ਦੇ ਲਈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵੀ ਵੱਡਾ ਖੁਲਾਸਾ ਹੋਇਆ। 1 ਮਹੀਨਾ ਪਹਿਲਾਂ ਭਰਾ ਦੇ ਨਾਲ ਮਿਲ ਕੇ ਕੁੱਟਮਾਰ ਕੀਤੀ ਸੀ। ਮੁਲਜ਼ਮ ਦਾ ਕਹਿਣਾ ਕਿ 1 ਮਹੀਨਾ ਪਹਿਲਾਂ ਭਰਾ ਦੇ ਨਾਲ ਮਿਲ ਕੇ ਕੁੱਟਮਾਰ ਕੀਤੀ ਗਈ ਸੀ। ਰਾਤ ਮੈਂ ਦਾਰੂ ਪੀ ਕੇ ਫਲੂ ਪੀ ਕੇ ਆਏ ਤੇ ਮੇਰੇ ਸੇ ਕੰਬਲ ਨਾਲ ਨਹੀਂ, ਮੈਨੇ ਇਨਕੋ ਕੰਬਲ ਨਹੀਂ ਦਿਆ ਤਾ ਕਿ ਮੈਂ ਇਨਕੋ ਮੇਰੇ ਕੋ ਮਾਰਾ ਤੇ ਵੀ ਮਾਰਤਾ ਮਾਰ ਦਿਆ ਤਾ ਪਕੜੀ ਤੇ ਫੜ ਦੀ ਸੀ ਔਰ ਯਹਾਂ ਕੋ ਮਾਰ ਦਿਆ ਤਾ ਨਾਮ ਤੇ ਤੋ ਮੈਂ ਮਾਰ ਖਾ ਕੇ ਘਰ ਭਾਗ ਗਿਆ ਤਾ। ਤੇ ਮੇਰੇ ਕੋ ਗੁੱਸਾ ਠੰਡ ਨਹੀਂ ਹੋਆ, ਗੁੱਸਾ ਠੰਡਾ ਨਹੀਂ ਹੋਆ, ਫਿਰ ਮੈਂ ਵਾਪਸ ਇੱਕ ਮਹੀਨੇ ਕੇ ਬਾਅਦ ਫਿਰ ਆ ਗਿਆ। ਯੂਪੀ ਸੇ? ਨਹੀਂ, ਮੁਜ਼ੱਫਰਨਗਰ ਸੇ। ਅੱਛਾ। ਆਪਣੇ ਘਰ ਸੇ। ਅੱਛਾ। ਫਿਰ ਇਸ ਕੋ ਮੈਂ ਬਾਹਨੇ ਸੇ ਬੁਲਾ ਕੇ ਲੈ ਕੇ ਆਇਆ ਮਾਰਨੇ ਕੇ ਲਈ। ਕੱਲ? ਹਾਂ ਕੱਲ। ਬੈਠ ਕੇ ਸਮਝਾਇਆ ਥਾ ਕਿ ਉਸ ਦਿਨ ਜੋ ਤੁਮ ਤੇਰੇ ਨੂੰ ਮਿਲ ਕੇ ਮਾਰਾ ਥਾ, ਮੈਂ ਤੇਰੇ ਕੋ ਮਾਰੂੰਗਾ, ਤੋ ਬਤਾ ਕੈਸਾ ਲਗਾ। ਤੋ ਉਸਨੇ ਬੋਲਾ ਕਿ ਤੁਮ ਮੇਰੇ ਨੂੰ ਮਾਰ ਲੇ, ਮੇਰੇ ਭਾਈ ਕੋ ਪਤਾ ਚਲੇਗਾ, ਫਿਰ ਤੋ ਇਨਾ ਨਹੀਂ ਛੋੜੇਂਗੇ ਉਹ ਲੋਕ। ਤੋ ਮੈਂ ਬੋਲਾ ਮਾਰੂੰਗਾ ਤੇ ਇਸਕੋ ਵਾਪਸ ਜਾਏਗਾ, ਜੇ ਪਤਾ ਲੇਗਾ ਫਿਰ ਮੇਰੇ ਕੋ ਛੋੜੇਂਗੇ ਨਹੀਂ। ਫਿਰ ਮੈਂ ਇਸਕੋ ਕੋਈ ਗਲਵਾਨ ਪਕੜਾ ਤੋ ਮੇਰੀ ਜੀ ਵਾਲੀ ਉਂਗਲ ਮੈਂ ਉਂਗਲ ਕਾਟ ਲਈ ਮੇਰੀ ਉਸਨੇ, ਲੱਤ ਤੋਂ ਮੈਂ ਲੱਤ ਫਸਾ ਕੇ ਉਸਕੋ ਗਿਰਾ ਕੇ ਦਬਾ ਕੇ ਰੱਖਾ ਤਾਂ ਬੇਹੋਸ਼ ਹੋ ਗਿਆ ਉਹ। ਫਿਰ ਉਸਕੇ ਬਾਅਦ ਮੈਂ ਆਪਣੇ ਕਮਰ ਕੀ ਬੈਲਟ ਖੋਲ ਕੇ ਗਲੇ ਮੈਂ ਫਸਾ ਕੇ ਉਸਕੋ ਦਬਾ ਦੀ ਬਸ। ਉਸਕੇ ਬਾਅਦ ਉਹ ਏਕ ਕਰੀਬ ਮੈਂ ਜੈਸੇ ਉਹ ਖਤਮ ਹੋ ਗਿਆ।
ਮਹੀਨਾ ਕੁ ਪਹਿਲਾਂ ਜਿਹੜਾ ਸੈਕਟਰ ਫੇਸ 7 ਦੇ ਵਿੱਚ ਜਿੱਥੇ ਰਾਤ ਸੌਂਦੇ ਆ ਬਰਾਂਡਿਆਂ ਦੇ ਬਾਹਰ, ਉੱਥੇ ਇਹਨਾਂ ਦਾ ਝਗੜਾ ਹੋਇਆ ਸੀ। ਸੰਜੀਵ, ਕਰਨ ਔਰ ਅਜੀਤ ਨੇ ਮਿਲ ਕੇ ਜਿਹੜਾ ਇਹ ਜਿਹੜਾ ਜਿਹਨੇ ਮਰਡਰ ਕੀਤਾ ਵਿਮਲ, ਇਹਨੂੰ ਕੁੱਟਿਆ ਸੀ। ਔਰ ਉਸ ਤੋਂ ਬਾਅਦ ਇਹ ਮੁਜ਼ੱਫਰਨਗਰ ਚਲੇ ਗਿਆ। ਮੁਜ਼ੱਫਰਨਗਰ ਤੋਂ ਦੁਬਾਰਾ ਇਹ ਬਦਲਾ ਲੈਣ ਵਾਸਤੇ ਆਇਆ ਸੀ। ਕੱਲ੍ਹ 11 ਕੁ ਵਜੇ ਇਹਨੂੰ ਨਾਲ ਲੈ ਕੇ ਅਤੇ ਇੱਥੇ ਆਇਆ, 51 ਸੈਕਟਰ ਆਇਆ ਸੀ ਇੱਥੇ ਇੰਡੀਅਨ ਸੁਸਾਇਟੀ ਦੇ ਅੱਗੇ। ਇੱਥੇ ਲਿਆ ਕੇ ਫਿਰ ਇਹਨੇ ਪਹਿਲਾਂ ਗਲਾ ਦਬਾਇਆ, ਉਸ ਤੋਂ ਬਾਅਦ ਬੈਲਟ ਦੇ ਨਾਲ ਇਹਨੂੰ